नमस्ते अदाब सत श्री अकाल दोस्तों, मैं हां तुहाडी भावना शर्मा ते तुहाडे सारेयां दा स्वागत करदी हां पंजाबी म्यूजिक इंडस्ट्री दे ग्रोइंग ते टैलेंटेड सिंगर्स नूं तुहाडे रूबरू कराउण वाले शो दे विच। नाम तां तुसीं जानदे ही हो, फर्स्ट लुक। दोस्तों, सरदार गभरू सोलफुल वॉइस ते सिंपल है उहनां दा स्टाइल, इह है डेफिनेशन साडे अज दे मेहमान दा जो कि है बहुत ही खास। ते आओ स्वागत करदे हां हरपाल वडाली जी दा। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਸਟ ਲੁੱਕ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਅਤੇ ਜੇ ਇੱਥੇ ਗੱਲ ਕਰੀਏ ਤੁਹਾਡੀ ਆਵਾਜ਼ ਦੀ, ਬਹੁਤ ਹੀ ਜ਼ਿਆਦਾ ਬਾਕਮਾਲ ਆਵਾਜ਼ ਹੈ ਤੁਹਾਡੀ, ਅਤੇ ਮੈਨੂੰ ਲੱਗਦਾ ਵੀ ਕਾਲਜ ਟਾਈਮ ਦੇ ਵਿੱਚ ਇਸ ਆਵਾਜ਼ ਦਾ ਫਾਇਦਾ ਤੁਸੀਂ ਜ਼ਰੂਰ ਚੁੱਕਿਆ ਹੋਣਾ, ਬਹੁਤ ਸਾਰੀ ਕੁੜੀਆਂ ਨੂੰ ਇੰਪ੍ਰੈਸ ਕੀਤਾ ਹੋਣਾ ਗਾਣੇ ਗਾ ਗਾ ਕੇ। ਜੀ ਜੀ, ਕਾਲਜ ਟਾਈਮ ਮੈਨੂੰ ਬਹੁਤ ਸ਼ੌਂਕ ਸੀਗਾ ਗਾਉਣ ਦਾ ਜੀ, ਅਤੇ ਸਕੂਲ ਟਾਈਮ ਜਦੋਂ ਵੀ ਕੋਈ ਪਾਰਟੀਸਪੇਟ ਹੋਣਾ ਤਾਂ ਮੇਰਾ ਜ਼ਰੂਰ ਜ਼ਿਕਰ ਹੁੰਦਾ ਸੀਗਾ ਸਕੂਲ ਦੇ ਵਿੱਚ ਵੀ, ਕਾਲਜ ਟਾਈਮ ਵੀ ਹੁੰਦਾ ਸੀਗਾ ਜੀ। ਅਤੇ ਬਹੁਤ ਵਧੀਆ ਰਿਸਪੋਂਸ ਕੁੜੀਆਂ ਦੇ ਨਾਲ ਹੀ ਬਹਿ ਕੇ ਕੁੜੀਆਂ ਨੇ ਸੁਣਨਾ, ਮੇਰੇ ਕੋਲ ਗਾਣਾ ਸੁਣਨਾ, ਅਤੇ ਬਹੁਤ ਵਧੀਆ ਲੱਗਦਾ ਸੀ। ਸਕੂਲ ਟਾਈਮ ਦੀ ਲਾਈਫ ਬਹੁਤ ਵਧੀਆ ਸੀਗੀ ਜੀ, ਅਤੇ ਅੱਜ ਤੁਹਾਡੇ ਰੂਬਰੂ ਬੈਠਾ ਵਾਂ। ਬਿਲਕੁਲ ਜੀ, ਬਿਲਕੁਲ। ਅਤੇ ਬਸ ਬੜਾ ਧੰਨਵਾਦ ਕਰਦਾ ਵਾਂ PTC ਨੈਟਵਰਕ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਉਣ ਯੋਗ ਸਮਝਿਆ ਜੀ। ਅਤੇ ਜੇ ਗੱਲ ਕਰੀਏ ਤੁਹਾਡੇ ਗਾਣੇ ਉਹੀ ਪਲ ਬਾਰੇ, ਹੈ ਨਾ, ਅਤੇ ਕੁੜੀਆਂ ਦੇ ਵਿੱਚ ਇਹ ਗੀਤ ਬਹੁਤ ਵਾਇਰਲ ਰਿਹਾ, ਅਤੇ ਕੀ ਰਾਜ਼ ਹੈ ਇਹਦੇ ਪਿੱਛੇ ਵੀ ਕੁੜੀਆਂ ਨੇ ਇੰਨਾ ਇਹ ਗਾਣੇ ਨੂੰ ਐਪਰੀਸ਼ੀਏਟ ਕੀਤਾ? ਥੈਂਕ ਯੂ ਜੀ। ਵੈਸੇ ਮੈਨੂੰ ਰੋਮਾਂਟਿਕ ਸੌਂਗ ਬਹੁਤ, ਖੁਦ ਨੂੰ ਪਰਸਨਲੀ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਖੁਦ ਨੂੰ। ਅਤੇ ਮੇਰਾ ਫਰੈਂਡ ਹੈ ਇਤਿਹਾਸ, ਮੈਨੂੰ ਬੜੀ ਵਾਰੀ ਕਹਿੰਦਾ ਯਾਰ ਆਹ ਤੂੰ ਨਾ ਗਾਇਆ ਕਰ ਗਾਣੇ ਇੱਦਾਂ ਦੇ ਇੱਦਾਂ ਦੇ, ਮੈਨੂੰ ਪਰਸਨਲੀ ਮੈਨੂੰ ਅੱਛਾ ਲੱਗਦਾ ਜੋ, ਅਤੇ ਮੇਰੀ ਆਵਾਜ਼ ਨੂੰ ਜੋ ਸੂਟ ਕਰਦਾ ਸੀਗਾ, ਅਤੇ ਮੈਨੂੰ ਵਧੀਆ ਲੱਗਦਾ। ਰੋਮਾਂਟਿਕ ਸੌਂਗ ਮੈਂ ਪਰਸਨਲੀ ਬਹੁਤ ਲਾਈਕ ਕਰਦਾ ਵਾਂ, ਇੱਦਾਂ ਦੇ ਗਾਣੇ ਮੈਂ ਹਮੇਸ਼ਾ ਗਾਉਣਾ ਚਾਹੁੰਦਾ ਵਾਂ। ਅਤੇ ਹੁਣ ਮੈਂ ਅਗਲਾ ਸਵਾਲ ਨਹੀਂ ਇੱਥੇ ਪੁੱਛਣ ਵਾਲੀ, ਮੇਰਾ ਹੁਣ ਦਿਲ ਕਰ ਰਿਹਾ ਇਹ ਗੀਤ ਪਹਿਲੇ ਹੋ ਜਾਵੇ, ਫਿਰ ਹੀ ਆਪਾਂ ਅੱਗੇ ਵਧੀਏ ਆਪਣੇ ਸ਼ੋਅ ਦੇ ਨਾਲ, ਅਤੇ ਕੋਈ ਵੀ ਦੋ ਲਾਈਨਾਂ ਇਹ ਗੀਤ ਦੀ ਜੋ ਤੁਹਾਨੂੰ ਪਰਸਨਲ ਫੇਵਰੇਟ ਹੈ ਉਹ ਹੋ ਜਾਣ। ਓਕੇ ਜੀ। ਕਦੋਂ ਹੋਵੇਗਾ ਸੁਪਨਾ ਪੂਰਾ, ਨੱਤ ਪਿੰਡ ਤੇਰੇ ਜਾਵਾਂ, ਸ਼ਾਇਦ ਹੀ ਮੈਂ ਹਰ ਇੱਕ ਰਿਸ਼ਤਾ ਤੇਰੇ ਨਾਲ ਨਿਭਾਵਾਂ। ਉਂਗਲਾਂ 'ਤੇ ਗਿਣ ਗਿਣ ਥੱਕ ਗਈ, ਕਦੋਂ ਆਉਣਾ ਪਾਗਾਂ ਵਾਲਾ ਸਾਲ ਵੇ, ਉਹੀ ਪਲ ਚੰਗੇ ਹੁੰਦੇ ਸੋਹਣਿਆਂ, ਜੋ ਜਾਂਦੇ ਨੇ ਬਿਤਾਏ ਤੇਰੇ ਨਾਲ ਵੇ, ਉਹੀ ਪਲ ਚੰਗੇ ਹੁੰਦੇ ਸੋਹਣਿਆਂ, ਜੋ ਜਾਂਦੇ ਨੇ ਬਿਤਾਏ ਤੇਰੇ ਨਾਲ ਵੇ। ਵਾਹ ਜੀ ਵਾਹ, ਇਹ ਗਾਣਾ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੁਹਾਡਾ, ਐਂਡ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਕਮਾਲ ਹੈ। ਅਤੇ ਇੱਥੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਕੋਈ ਵੀ ਪ੍ਰੋਜੈਕਟ ਉਦੋਂ ਹਿੱਟ ਹੁੰਦਾ ਜਦੋਂ ਇੱਕ ਆਰਟਿਸਟ ਉਹਨੂੰ ਆਪਣੇ ਉੱਤੇ ਹੰਡਾਉਂਦਾ, ਹੈ ਨਾ, ਅਤੇ ਇਹ ਤੁਹਾਡਾ ਗੀਤ ਉਹੀ ਪਲ, ਇਹਦੀ ਤੁਹਾਡੀ ਪਰਸਨਲ ਲਾਈਫ ਨਾਲ ਕੋਈ ਲਿੰਕ ਹੈ, ਇੱਦਾਂ ਵੀ ਤੁਸੀਂ ਪਰਸਨਲੀ ਹੰਡਾਇਆ ਹੋ ਇਹਦੀ ਸਟੋਰੀ, ਇਹਦੇ ਲਿਰਿਕਸ, ਸਾਰਾ ਕੁਛ? ਬਸ ਇਸ ਤਰ੍ਹਾਂ ਹੀ ਮੈਡਮ, ਵਧੀਆ ਸੌਂਗ ਮੈਨੂੰ, ਮੈਂ ਅਸਲ ਦੇ ਵਿੱਚ ਮੇਰੀ ਚਰਨਜੀਤ ਭਾਜੀ ਹੂਜਾ ਜੀ ਸਾਹਿਬ ਮੇਰੇ ਉਸਤਾਦ ਨੇ ਵੱਡੇ, ਅਤੇ ਉਹਨਾਂ ਦੇ ਬੇਟੇ ਆਪਣਾ ਸਚਿਨ ਹੂਜਾ ਜੀ, ਉਹਨਾਂ ਕੋਲ ਮੈਂ ਪਰਸਨਲੀ ਮੈਂ ਮਿਊਜ਼ਿਕ ਲੈਣਾ ਚਾਹੁੰਦਾ ਸੀ। ਮੇਰੇ ਫਾਦਰ ਸਾਹਿਬ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਨਾਲ ਹੁੰਦੇ ਨੇ, ਭਾਈ ਕਰਤਾਰ ਸਿੰਘ ਜੀ ਉਹਨਾਂ ਦਾ ਨਾਮ ਆ, ਅਤੇ ਉਹਨਾਂ ਦੇ ਕਾਫੀ ਕਲੋਜ਼ ਨੇ ਉਹ ਚਰਨਜੀਤ ਹੂਜਾ ਜੀ, ਅਤੇ ਉਹਨਾਂ ਕੋਲ ਮਿਊਜ਼ਿਕ ਦੀ ਗੱਲ ਹੋ ਰਹੀ ਸੀਗੀ, ਅਤੇ ਪਰਸਨਲੀ ਮੈਨੂੰ ਲਿਰਿਕਸ ਚਾਹੀਦੇ ਸੀਗੇ ਵਿੰਦਰ ਨੱਥੂ ਮਾਂਦਰਾ ਜੀ ਜਿਹੜੇ ਭਾਜੀ ਨੇ, ਵੀ ਮੇਰੇ ਮਤਲਬ ਦੇ ਕੌਣ ਸੌਂਗ ਲਿਖਦਾ, ਮੇਰਾ ਟੇਸਟ ਕਿੰਨਾ ਕੁ ਆ। ਅਤੇ ਮੈਂ ਮੁੜ ਕੇ ਉਹਨਾਂ ਨਾਲ ਮੇਰੀ ਗੱਲ ਨਹੀਂ ਹੋਈ, ਫੋਨ ਤਾਂ ਉਹਨਾਂ ਨੂੰ ਲੱਗਾ ਨਹੀਂ। ਉਸ ਤੋਂ ਬਾਅਦ ਮੈਨੂੰ ਮੇਰੀ ਗੱਲ ਹੋਈ ਇਤਿਹਾਸ ਵੀਰ ਨੇ ਵੀ ਕਿਹਾ ਵੀ ਉਹ ਮਤਲਬ ਸ਼ਾਹ ਅਲੀ ਜੀ ਸੌਂਗ ਅੱਛਾ ਲਿਖਦੇ ਨੇ, ਉਹਨਾਂ ਕੋਲ ਤੁਸੀਂ ਸੌਂਗ ਲੈ, ਅਤੇ ਵਧੀਆ ਸੌਂਗ ਜੇ ਤੂੰ ਤੇਰੇ ਮਤਲਬ ਦਾ ਸੌਂਗ ਉਹ ਲਿਖਦੇ ਨੇ, ਅਤੇ ਮੈਂ ਉਹਨਾਂ ਕੋਲ ਸੌਂਗ ਲਿਆ, ਅਤੇ ਮੇਰੇ ਮਿਊਜ਼ਿਕ ਜਿਹੜਾ ਸੌਂਗ ਦਾ ਮਿਊਜ਼ਿਕ ਹੋਇਆ ਵਾ ਰੁਪਿਨ ਭਾਜੀ ਨੇ ਕੀਤਾ ਜੀ, ਅਤੇ ਪ੍ਰਿੰਸ ਭਾਜੀ ਨੇ ਮੇਰੀ ਵੀਡੀਓ ਕੀਤੀ ਹੈ ਜੀ। ਜੀ, ਕਿਉਂਕਿ ਇੱਕ ਗਾਣੇ ਦੇ ਲਈ ਮਿਊਜ਼ਿਕ ਵੀਡੀਓ ਸਾਰਾ ਕੁਛ ਹੀ, ਹੈ ਨਾ, ਬਹੁਤ ਜ਼ਿਆਦਾ ਮਾਇਨੇ ਰੱਖਦਾ, ਅਤੇ ਫਸਟ ਸੌਂਗ ਸੀ ਤੁਹਾਡਾ ਇਹ, ਹੈ ਨਾ, ਅਤੇ ਉਹੀ ਇੰਨਾ ਸੁਪਰ ਡੁਪਰ ਹਿੱਟ ਹੋ ਗਿਆ, ਅਤੇ ਇਹਦੀ ਸਕਸੈਸ ਤੋਂ ਬਾਅਦ ਕਿੱਦਾਂ ਦਾ ਫੀਲ ਹੋਇਆ ਤੁਹਾਨੂੰ? ਬਹੁਤ ਵਧੀਆ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬੜਾ ਧੰਨਵਾਦ ਸ਼ੁਕਰਾਨਾ ਕਰਦਾ ਮੈਂ ਪਾਤਸ਼ਾਹ ਦਾ, ਵੀ ਬਹੁਤ ਵਧੀਆ ਰਿਸਪੋਂਸ ਮਿਲਿਆ ਗਾਣੇ ਨੂੰ, ਛੋਟੇ ਛੋਟੇ ਬੱਚਿਆਂ ਦੇ ਮੂੰਹ 'ਤੇ ਵੀ ਚੜ ਗਿਆ, ਬਹੁਤ ਵਧੀਆ ਮੈਨੂੰ ਰਿਸਪੋਂਸ ਮਿਲਿਆ ਗਾਣੇ ਤੋਂ ਜੀ। ਅਤੇ ਇੰਨੀ ਜ਼ਿਆਦਾ ਸਕਸੈਸ ਤੋਂ ਬਾਅਦ, ਹੈ ਨਾ, ਤੁਸੀਂ ਇੱਕ ਆਮ ਬੰਦੇ ਤੋਂ ਇੱਕ ਇੰਨਾ ਖਾਸ ਬਣ ਗਏ, ਹੈ ਨਾ, ਅਤੇ ਇਹ ਸਾਰੀ ਸਕਸੈਸ ਤੋਂ ਬਾਅਦ ਵਡਾਲੀ ਦੇ ਪਰਸਨੈਲਿਟੀ ਦੇ ਵਿੱਚ ਕੀ ਚੇਂਜਿਸ ਆਈਆਂ? ਬਸ ਬਹੁਤ ਵਧੀਆ ਫੀਲ ਹੋ ਰਿਹਾ, ਬੜੀ ਵਧੀਆ ਫੀਲਿੰਗ, ਲੋਕ ਮਿਲਦੇ ਨੇ, ਬੜਾ ਸਤਿਕਾਰ ਮਿਲਦਾ ਹੈ ਜੀ, ਬਜ਼ੁਰਗਾਂ ਤੋਂ ਵੀ ਵੱਡਿਆਂ ਤੋਂ ਵੀ। ਮੇਰੇ ਉਸਤਾਦ ਪਿਆਰੇ ਲਾਲ ਵਡਾਲੀ ਜੀ ਪਦਮ ਸ਼੍ਰੀ ਜੀ, ਉਹਨਾਂ ਕੋਲ ਬੜਾ ਕੁਛ ਸਿੱਖਣ ਨੂੰ ਮਿਲਿਆ, ਪਰਸਨਲੀ ਮੈਂ ਉਹਨਾਂ ਕੋਲ ਵੀ ਕਾਫੀ ਟਾਈਮ ਸਿੱਖਿਆ, ਉਹਨਾਂ ਕੋਲ ਬੜੀ ਬਹੁਤ ਵਧੀਆ ਸਿੱਖਣ ਨੂੰ ਮਿਲਿਆ, ਉਹਨਾਂ ਕੋਲੋਂ ਵਧੀਆ ਲੱਗਾ।
ਉਹਨਾਂ ਕੋਲ ਮੈਨੂੰ ਸਿੱਖ ਕੇ। ਬਿਲਕੁਲ ਜੀ, ਤੁਸੀਂ ਹੁਣ ਇੱਥੇ ਬਟਾਲੀ ਸਾਹਿਬ ਦਾ ਜ਼ਿਕਰ ਕੀਤਾ ਹੈ ਨਾ ਜੀ, ਤੇ ਉਹ ਸਾਰਿਆਂ ਦੇ ਪਰਸਨਲ ਫੇਵਰਿਟ ਹੈ, ਤੇ ਉਹਨਾਂ ਦਾ ਕੋਈ ਐਸਾ ਗੀਤ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਏ? ਤੂੰ ਮਾਨੇ ਜਾਣਾ ਮਾਨੇ ਦਿਲਦਾਰਾ, ਤੂੰ ਮਾਨੇ ਜਾਣਾ ਮਾਨੇ ਦਿਲਦਾਰਾ, ਅਸਾਂ ਤੇ ਤੈਨੂੰ ਰੱਬ ਮੰਨਿਆ, ਦੱਸ ਹੋਰ ਕਿਹੜਾ ਰੱਬ ਦਾ ਦੁਬਾਰਾ, ਹੋਰ ਕਿਹੜਾ ਰੱਬ ਦਾ ਦੁਬਾਰਾ, ਅਸਾਂ ਤੇ ਤੈਨੂੰ ਰੱਬ ਮੰਨਿਆ, ਤੂੰ ਮਾਨੇ ਜਾਣਾ ਮਾਨੇ ਦਿਲਦਾਰਾ, ਅਸਾਂ ਤੇ ਤੈਨੂੰ ਰੱਬ ਮੰਨਿਆ। ਵਾਹ ਜੀ ਵਾਹ, ਦੇਖ ਲਓ ਜੀ ਪੂਰਾ ਸੂਫੀ ਮਾਹੌਲ ਇੱਥੇ ਬਣ ਗਿਆ ਹੋਇਆ। ਥੈਂਕ ਯੂ। ਤੇ ਇਹਦੇ ਨਾਲ ਮੈਂ ਪੁੱਛਣਾ ਚਾਹੂੰਗੀ ਵੀ ਵਡਾਲੀ ਜੀ ਦੀ ਐਸੀ ਕੋਈ ਚੀਜ਼ ਜੋ ਤੁਹਾਨੂੰ ਬਹੁਤ ਪਰਸਨਲ ਇਨਸਪਾਇਰ ਕਰਦੀ ਹੋਵੇ? ਮੈਂ ਪਰਸਨਲੀ ਭਾਜੀ ਦਾ ਵੀ ਬਹੁਤ ਫੈਨ ਆ, ਉਹਨਾਂ ਦੀ ਆਵਾਜ਼ ਬਹੁਤ ਵਧੀਆ, ਮੈਂ ਗਾਇਕੀ ਪੱਖੋਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਵਾਂ। ਉਸਤਾਦ ਲਖਵਿੰਦਰ ਵਡਾਲੀ ਜੀ ਮੇਰੇ ਤਾਏ ਜੀ ਦੇ ਬੇਟੇ ਨੇ, ਵੱਡੇ ਬ੍ਰਦਰ ਨੇ ਜੀ, ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਕੋਲੋਂ ਵੀ ਜੀ। ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਪੂਰਾ ਸੂਫੀ ਮਾਹੌਲ ਆਪਾਂ ਇੰਜੋਏ ਕਰ ਰਹੇ ਹਾਂ, ਪਰ ਇੱਥੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਤੁਸੀਂ ਕਿਤਨੀ ਜਾਣਾ ਮਿਲਦੀ ਹੈ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ ਵਿੱਚ, ਨਾਮ ਹੈ ਜਿਸ ਦਾ ਫਸਟ ਲੁੱਕ। ਚੱਲ ਰਹੀਆਂ ਨੇ ਗੱਲਾਂ ਬਾਤਾਂ ਹਰਪਾਲ ਜੀ ਦੇ ਨਾਲ, ਤੇ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਸ਼ੁਰੂ ਤੋਂ ਹੈ ਨਾ ਵੀ ਆਪਾਂ ਬਹੁਤ ਕੁਝ ਸੋਚਦੇ ਹਾਂ ਲਾਈਫ ਦੇ ਵਿੱਚ ਕੀ ਬਣਨਾ, ਤੇ ਤੁਸੀਂ ਸ਼ੁਰੂ ਤੋਂ ਕੀ ਸੋਚਿਆ ਸੀਗਾ ਵੀ ਐਜ਼ ਅ ਪ੍ਰੋਫੈਸ਼ਨ ਸਿੰਗਰ ਹੀ ਬਣਨਾ ਜਾਂ ਕਦੇ ਕੁਝ ਹੋਰ ਵੀ ਸੋਚਿਆ ਸੀ? ਸਿੰਗਿੰਗ ਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਸੀਗਾ ਜੀ, ਤੇ ਮੇਰੇ ਫਾਦਰ ਸਾਹਿਬ ਉਸਤਾਦ ਭਾਈ ਕਰਤਾਰ ਸਿੰਘ ਵਡਾਲੀ ਜੀ, ਤੇ ਉਹਨਾਂ ਦਾ ਇੱਕ ਏਮ ਸੀਗਾ ਵੀ ਮੈਂ, ਉਹ ਹੈਗੇ ਨੇ ਰਾਗੀ ਸਿੰਘ ਨੇ ਮੇਰੇ ਫਾਦਰ ਸਾਹਿਬ ਜੀ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਨਾਲ ਹੁੰਦੇ ਨੇ, ਤੇ ਉਹਨਾਂ ਦਾ ਇਹ ਸੀਗਾ ਵੀ ਮੇਰੇ ਲਈ ਤੇ ਤੁਰੇ ਮੇਰਾ ਬੇਟਾ। ਬਿਲਕੁਲ। ਮੈਨੂੰ ਬੜਾ ਕਹਿੰਦੇ ਸੀਗੇ ਵੀ ਕੀਰਤਨ ਕਰੇ ਬੇਟਾ ਤੂੰ ਵਧੀਆ, ਮੈਂ ਤੇਰੀ ਪੂਰੀ ਸਪੋਰਟ ਕਰੂੰਗਾ ਕੀਰਤਨ ਲਾਈਨ 'ਚ, ਮੈਂ ਚਾਹੁੰਦਾ ਵੀ ਮੇਰੇ ਲਈ ਤੇ ਕੋਈ ਤੁਰੇ, ਉਹ ਕਹਿੰਦੇ ਸੀਗੇ। ਤੇ ਮੇਰਾ ਸ਼ੌਂਕ ਸ਼ੁਰੂ ਤੋਂ ਸਿੰਗਿੰਗ ਦਾ ਸੀਗਾ, ਤੇ ਮੇਰੀਆਂ ਸਪੌਂਸਰਾਂ ਵੀ ਅਮੈਰੀਕਾ ਤੋਂ 5-6 ਆਈਆਂ ਨੇ ਵੀ ਮੈਨੂੰ ਨਹੀਂ ਪਤਾ ਮੈਂ ਸਿੰਗਿੰਗ ਕਰਨੀ, ਬਸ ਮੇਰਾ ਇੱਕ ਮੈਨੂੰ ਅੱਛਾ ਲੱਗਦਾ ਵਾ, ਮੇਰਾ ਮਨ ਆ ਵੀ ਮੈਂ ਸਿੰਗਿੰਗ ਕਰਨਾ ਚਾਹੁੰਦਾ ਵਾਂ। ਤੇ ਜਿਵੇਂ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਹੈ ਨਾ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ, ਹਰ ਰੋਜ਼ ਹਰ ਮਹੀਨੇ ਆਪਾਂ ਦੇਖਦੇ ਕਿੰਨੇ ਨਿਊ ਸਿੰਗਰਸ ਹੈ ਨਾ ਇਸਟੈਬਲਿਸ਼ ਹੁੰਦੇ ਆ, ਤੇ ਕਿਤੇ ਨਾ ਕਿਤੇ ਕੰਪੀਟੀਸ਼ਨ ਨੂੰ ਲੈ ਕੇ ਕਦੇ ਡਰੇ ਹੋ ਤੁਸੀਂ, ਜਾਂ ਮਤਲਬ ਕਿੱਦਾਂ ਦੀ ਫੀਲਿੰਗ ਆਉਂਦੀ ਕੰਪੀਟੀਸ਼ਨ ਨੂੰ ਦੇਖ ਕੇ? ਨਹੀਂ, ਕਦੀ ਨਹੀਂ, ਇੱਦਾਂ ਕਦੀ ਹੋਇਆ ਹੀ ਨਹੀਂ, ਬੜਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ, ਕਦੀ ਝਗਿਆ ਹੀ ਨਹੀਂ ਕਿਤੇ ਵੀ ਗਾਉਣ ਲੱਗਿਆਂ, ਸਕੂਲ ਕਾਲਜ ਟਾਈਮ ਵੀ ਜਦੋਂ ਵੀ ਕਿਤੇ ਵੀ ਪਰਫਾਰਮੈਂਸ ਕਰਨਾ ਕਦੀ ਝਗਿਆ ਨਹੀਂ, ਮਹਾਰਾਜ ਦਾ ਨਾਂ ਲੈ ਕੇ ਅੱਗੇ ਰਹੇ ਹੋ ਹਮੇਸ਼ਾ ਤੁਸੀਂ, ਬਸ ਕਿਰਪਾ ਹੀ ਰਹੀ ਪਾਤਸ਼ਾਹ ਦੀ। ਤੇ ਮੇਰੇ ਉਸਤਾਦ ਪ੍ਰੋਫੈਸਰ ਵੇਲ ਸਿੰਘ ਜੀ ਬਹੁਤ ਸਤਿਕਾਰਯੋਗ ਨੇ, ਉਹਨਾਂ ਤੋਂ ਮੈਂ ਹਾਰਮੋਨੀਅਮ ਦੀ ਕਲਾਸਿਸ ਲੱਗੀਆਂ ਸੀਗੀਆਂ। ਹਾਂਜੀ, ਤੇ ਮਤਲਬ ਲੋਕਾਂ ਤੋਂ ਹਮੇਸ਼ਾ ਪਿਆਰ ਮਿਲਿਆ ਕਿ ਗਾਲਾਂ ਵੀ, ਜਾਂ ਕੋਈ ਹੱਸਦਾ ਹੋਵੇ ਤੁਹਾਡੇ ਤੇ ਵੀ ਆਹ ਪੁੱਠੇ ਕੰਮਾਂ 'ਚ ਪੈ ਗਿਆ ਮੁੰਡਾ, ਜਾਂ ਕੁਛ ਇੱਦਾਂ ਦਾ ਹੋਇਆ ਹੋਵੇ? ਨਹੀਂ, ਇੱਦਾਂ ਦੀ ਬਹੁਤ ਮੇਰੇ ਫਰੈਂਡਸ ਨੂੰ ਬਹੁਤ ਖੁਸ਼ੀ ਹੋਈ ਆ ਵੀ ਮੈਂ ਇਸ ਲਾਈਨ 'ਚ ਆ ਗਿਆ। ਮੈਂ ਡਬਲ ਮਾਈਂਡਰ ਰਹਿੰਦਾ ਸੀਗਾ, ਕਈ ਯਾਰਾਂ ਦੋਸਤਾਂ ਦੇ ਨਾਲ ਸਲਾਹ ਕਰਨੀ ਵੀ ਯਾਰ ਕੀ ਕਰਾਂ, ਮੇਰੇ ਕੋਲ ਕੀਰਤਨ ਕਰਾਂ, ਮੈਂ ਕਈ ਵਾਰੀ ਸਲਾਹ ਲੈਣੀ ਵੀਰਾਂ ਦੋਸਤਾਂ ਦੀ ਵੀ ਮੈਂ ਕੀਰਤਨ ਕਰਾਂ ਕਿ, ਤੇ ਉਹ ਵੀ ਮੈਨੂੰ ਇਹੀ ਗੱਲ ਕਹਿੰਦੇ ਸੀਗੇ ਵੀ ਯਾਰ ਜਿੱਧਰ ਤੇਰਾ ਮਨ ਹੈ ਉੱਧਰ ਚੱਲ, ਜ਼ਿਆਦਾ ਫੋਰਸ ਨਹੀਂ ਕਰਦੇ, ਬਾਕੀ ਤੇਰੇ ਪੇਰੈਂਟਸ ਦੀ ਮਰਜ਼ੀ ਆ ਕੀ ਕਰਨਾ ਚਾਹੁੰਦੇ, ਸਪੋਰਟ ਕਰਦੇ ਜਾਂ ਨਹੀਂ ਕਰਦੇ ਜੀ। ਤੇ ਗਾਣ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਂਕ ਹੈ, ਲਾਈਕ ਲਿਰਿਕਸ ਵਗੈਰਾ ਕੋਈ ਕੀਰਤਨ ਵੇਲੇ ਜਾਂ ਕੋਈ ਜਦੋਂ ਵੀ ਕਿਤੇ ਸਟੇਜ ਪਰਫਾਰਮੈਂਸ ਕਰਦੇ ਹੋ ਆਪਣੇ ਗਾਣੇ ਦੇ ਲਈ, ਤੇ ਲਿਰਿਕਸ ਦੇ ਬਾਰੇ ਕੀ ਵੀ ਲਾਈਕ ਕਿਸੇ ਦੀ ਹੈਲਪ ਲੈਂਦੇ ਹੋ ਜਾਂ ਆਪ ਹੀ ਲਿਖਦੇ ਹੋ? ਨਹੀਂ, ਮੈਂ ਜੀ ਕਦੀ ਮਤਲਬ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਜੀ, ਬਸ ਜਦੋਂ ਕੋਈ ਅੱਛਾ ਸੌਂਗ ਲਿਖਦਾ ਹੋਵੇ ਜ਼ਰੂਰ ਸੁਣਦਾ ਵਾਂ, ਵੀਰ ਨਾਲ ਵੀ ਕਈ ਵਾਰੀ ਇਤਿਹਾਸ ਨਾਲ ਵੀ ਸਲਾਹ ਕਰਦਾ ਵਾਂ ਵੀ ਕਿੱਦਾਂ ਗਾਣਾ ਠੀਕ ਹੈ ਵਧੀਆ ਹੈ, ਅਸੀਂ ਦੋਵੇਂ ਜ਼ਿਆਦਾ ਡਿਸਕਸ ਕਰਦੇ ਹਾਂ ਬੈਠਦੇ ਹਾਂ ਜਦੋਂ ਕਿਤੇ ਵੀ ਬੈਠਦੇ ਹਾਂ, ਅਤੇ ਸਾਡੀ ਦੋਵਾਂ ਦੀ ਸਲਾਹ ਦੇ ਨਾਲ ਕੰਮ ਹੁੰਦਾ ਵਾ। ਅਤੇ ਜਿਵੇਂ ਤੁਹਾਡਾ ਲੇਟੈਸਟ ਟਰੈਕ ਹੈ ਨਾ PTC ਰਿਕਾਰਡਸ ਤੋਂ ਰਿਲੀਜ਼ ਹੋਇਆ, ਅਤੇ ਇੰਨਾ ਵੱਡਾ ਲੇਬਲ, ਅਤੇ ਕਿੱਦਾਂ ਦੀ ਲਾਈਕ ਫੀਲਿੰਗ ਆਉਂਦੀ ਹੈ PTC ਰਿਕਾਰਡਸ ਨਾਲ ਜੁੜਨ ਤੋਂ ਬਾਅਦ? ਬੜਾ ਧੰਨਵਾਦ ਕਰਦਾ PTC ਨੈਟਵਰਕ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਉਣ ਯੋਗ ਸਮਝਿਆ, ਥੈਂਕ ਯੂ ਸੋ ਮੱਚ ਜੀ। ਬਿਲਕੁਲ, PTC ਰੇਕਰ ਜਿਨ ਤੁਹਾਡਾ ਗਾਣਾ ਹੈ ਨਾ ਉਹੀ ਪਲ, ਦੋਨਾਂ ਨੇ ਹੀ ਕਮਾਲ ਕਰਤਾ ਹੈ, ਗਾਣਾ ਸੁਪਰ ਡੁਪਰ ਹਿੱਟ ਹੈ, ਅਤੇ ਕੋਈ ਐਸੀ ਦੋ ਲਾਈਨਾਂ ਇਸ ਗਾਣੇ ਦੀ ਜੋ ਤੁਹਾਡੇ ਮਨ ਦੇ ਬਹੁਤ ਕਰੀਬ ਹੈ ਅਤੇ ਲੋਕਾਂ ਨੇ ਵੀ ਜਿਹਨੂੰ ਬਹੁਤ ਪਿਆਰ ਦਿੱਤਾ ਹੋਏ, ਉਹ ਦੋ ਕੁ ਲਾਈਨਾਂ ਹੋ ਜਾਣ? ਕੋਈ ਜਿਵੇਂ ਪਿਆਸੇ ਨੂੰ ਮਿਲਿਆ ਏ ਪਾਣੀ, ਤੂੰ ਮਿਲਿਆ ਏ ਚੰਨਾ ਵੇ ਮੇਰੀ ਰੂਦਾਣੀ, ਮੈਨੂੰ ਪਤਾ ਜਾਏ ਪਤਾ ਰੱਬ ਨੂੰ,
ਤੇਰੇ ਬਿਨਾਂ ਹੁੰਦੇ ਕੀ ਨਿਹਾਲ ਵੇ, ਉਹੀ ਪਲ ਚੰਗੇ ਹੁੰਦੇ ਸੋਹਣਿਆ ਜਿਹੜੇ ਜਾਂਦੇ ਨੇ ਬਿਤਾਏ ਤੇਰੇ ਨਾਲ ਵੇ। ਕੀ ਬਾਤ ਹੈ ਜੀ, ਬਹੁਤ ਵਧੀਆ। ਇਹ ਗਾਣਾ ਤਾਂ ਬਹੁਤ ਰੋਮਾਂਟਿਕ ਹੈ ਨਾ, ਤੇ ਤੁਹਾਡਾ ਪਰਸਨਲ ਫੇਵਰਿਟ ਕੀ ਹੈ, ਰੋਮਾਂਟਿਕ ਜ਼ੋਨਰ ਦੇ ਵਿੱਚ ਗਾਣਾ ਗਾਣਾ ਜਾਂ ਕੋਈ ਹੋਰ ਵੀ ਰੋਮਾਂਟਿਕ ਤੋਂ ਇਲਾਵਾ? ਕੋਸ਼ਿਸ਼ ਮੇਰੀ ਹੁਣ ਹੁੰਦੀ ਹੈ ਵੀ ਮੈਂ ਬੀਟ ਸੌਂਗ ਕਰਾਂ ਜੀ। ਜੀ, ਰੋਮਾਂਟਿਕ ਸੌਂਗ ਦਾ ਤਾਂ ਇੱਕ ਮੇਰਾ ਪਰਸਨਲੀ ਮੇਰਾ ਮੈਨੂੰ ਜੋ ਚੰਗਾ ਲੱਗਦਾ ਵੋਇਸ ਨੂੰ, ਰੋਮਾਂਟਿਕ ਸੌਂਗ ਤਾਂ ਮੇਰਾ ਪਰਸਨਲ ਹੀ ਹੈ ਨਾ ਮੈਟਰ। ਅਤੇ ਮੈਂ ਹੁਣ ਚਾਹੁੰਦਾ ਵੀ ਮੇਰਾ ਬੀਟ ਸੌਂਗ ਨੈਕਸਟ ਜਿਹੜਾ ਵੀ ਆਵੇ, ਹੁਣ ਮੈਂ ਬੀਟ ਸੌਂਗ ਦੀ ਤਿਆਰੀ 'ਚ ਜੀ। ਤੇ ਮਤਲਬ ਤੁਸੀਂ ਹੁਣ ਪੂਰੀਆਂ ਧੁੰਮਾਂ ਪਵਾਉਣ ਵਾਲੇ ਹੋ, ਬੀਟ ਸੌਂਗ ਦੇਖ ਲਓ ਜੀ, ਤੁਸੀਂ ਤਿਆਰ ਹੋ ਜਾਓ ਰੋਮਾਂਟਿਕ ਤੋਂ ਬਾਅਦ ਹੁਣ ਆਉਣ ਵਾਲਾ ਬੀਟ ਸੌਂਗ। ਤੇ ਮੈਂ ਚਾਹੁੰਦੀ ਹਾਂ ਵੀ ਕੋਈ ਵੀ ਬੀਟ ਸੌਂਗ ਜੋ ਤੁਹਾਡਾ ਫੇਵਰੇਟ ਹੈ ਜਿਹੜਾ ਤੁਸੀਂ ਸੁਣਦੇ ਹੋ ਬਹੁਤ, ਉਹ ਹੋ ਜਾਏ ਇੱਥੇ। ਮੈਂ ਸਭ ਤੋਂ ਜ਼ਿਆਦਾ ਲਾਈਕ ਪਰਸਨਲੀ ਮੇਰੇ ਉਸਤਾਦ ਫਿਰੋਜ਼ ਖਾਨ ਸਾਹਿਬ, ਮੈਂ ਉਹਨਾਂ ਦਾ ਇੱਕ ਸੌਂਗ ਆ ਜੀ ਢੋਲ ਵੱਜ ਗਏ, ਓਕੇ, ਉਹਨਾਂ ਦਾ ਸੌਂਗ ਮੈਨੂੰ ਬਹੁਤ ਵਧੀਆ ਲੱਗਦਾ ਪਰਸਨਲੀ। ਮੈਂ ਉਹਨਾਂ ਨੂੰ ਬਹੁਤ ਲਾਈਕ ਕਰਦਾ ਉਹਨਾਂ ਦੀ ਵੋਇਸ ਨੂੰ ਜੀ, ਅਤੇ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਉਹਨਾਂ ਦਾ ਇੱਕ ਸੌਂਗ ਆ, ਢੋਲ ਵੱਜ ਕੇ ਪਤਲੀਏ ਨਾਰੇ, ਢੋਲ ਵੱਜ ਕੇ ਪਤਲੀਏ ਨਾਰੇ, ਢੋਲ ਵੱਜ ਕੇ ਪਤਲੀਏ ਨਾਰੇ, ਹੋਏ ਗੱਭਰੂ ਪਿੰਡਾਂ ਦੇ ਇਕੱਠੇ ਸਾਰੇ, ਨੀ ਮੇਲੇ ਵਿੱਚ ਭੈਣ ਬੋਲੀਆਂ, ਨੀ ਮੇਲੇ ਵਿੱਚ ਭੈਣ ਬੋਲੀਆਂ, ਨੀ ਮੇਲੇ ਵਿੱਚ ਭੈਣ ਬੋਲੀਆਂ, ਨੀ ਮੇਲੇ ਵਿੱਚ ਭੈਣ ਬੋਲੀਆਂ। ਵਾਹ ਜੀ ਵਾਹ, ਦੇਖ ਲਓ ਜੀ ਪੂਰਾ ਮਾਹੌਲ ਬਣ ਗਿਆ ਹੋਇਆ। ਮੈਂ ਆਪਣੇ ਆਪ ਨੂੰ ਹੁਣ ਬੋਲੀ ਪਾਉਣ ਤੋਂ ਤਾਂ ਰੋਕ ਨਹੀਂ ਸਕਦੀ, ਅਤੇ ਮੈਨੂੰ ਲੱਗਦਾ ਆਪਾਂ ਨੂੰ ਇੱਥੇ ਲੈਣੀ ਚਾਹੀਦੀ ਬ੍ਰੇਕ, ਆਪਾਂ ਉਹਨੀ ਦੇਰ ਗਿੱਧਾ ਬੋਲੀਆਂ ਸਾਰਾ ਕੁਛ ਪਾ ਲਈਏ। ਤੁਸੀਂ ਕਿਤਨੀ ਜਾਣਾ ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ ਵਿੱਚ। ਨਾਮ ਤਾਂ ਤੁਸੀਂ ਜਾਣਦੇ ਹੀ ਹੋ, ਫਸਟ ਲੁੱਕ। ਚੱਲ ਰਹੀਆਂ ਨੇ ਗੱਲਾਂ ਬਾਤਾਂ ਹਰਪਾਲ ਜੀ ਦੇ ਨਾਲ। ਹੁਣ ਗੱਲ ਕਰਾਂਗੇ ਤੁਹਾਡੇ ਲੇਟੈਸਟ ਟਰੈਕ ਹੈ ਨਾ, ਜਿਵੇਂ ਕਿ ਆਪਾਂ ਅੱਗੇ ਵੀ ਬਹੁਤ ਕੁਛ ਡਿਸਕਸ ਕਰ ਚੁੱਕੇ ਹਾਂ ਉਹੀ ਪਲ ਦੇ ਬਾਰੇ। ਇਹ ਗਾਣਾ ਬਹੁਤ ਹੀ ਰੋਮਾਂਟਿਕ ਹੈ, ਇਹਦਾ ਵੀਡੀਓ ਮਤਲਬ ਇਹਦਾ ਮਿਊਜ਼ਿਕ ਸਾਰਾ ਕੁਛ ਹੀ ਬਹੁਤ ਬਾਕਮਾਲ ਹੈ। ਜੇ ਗੱਲ ਕਰੀਏ ਮਿਊਜ਼ਿਕ ਦੀ, ਕਿੰਨੇ ਮਿਊਜ਼ਿਕ ਡਾਇਰੈਕਟ ਕੀਤਾ ਇਹ ਗਾਣੇ ਦਾ? ਇਹ ਮੇਰੇ ਵੱਡੇ ਵੀਰ ਜੀ ਨੇ, ਰੁਪਿਨ ਕਾਲੋਂ ਜੀ, ਉਹਨਾਂ ਕੋਲ ਮੈਂ ਮਿਊਜ਼ਿਕ ਕਰਵਾਇਆ ਸੀਗਾ ਇਹ ਸੌਂਗ ਦਾ ਜੀ। ਹਾਂਜੀ, ਤੇ ਇੰਨੇ ਵਧੀਆ ਲੋਕਾਂ ਦੇ ਨਾਲ ਕੰਮ ਕਰਕੇ ਹੈ ਨਾ, ਐਜ਼ ਅ ਟੀਮ, ਤੁਹਾਨੂੰ ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਾ ਜੀ, ਬਹੁਤ ਖੁਸ਼ੀ ਹੁੰਦੀ ਹੈ, ਚੰਗੇ ਚੰਗੇ ਬੰਦਿਆਂ ਦੇ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ, ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਚੰਗੇ ਚੰਗੇ ਬੰਦਿਆਂ ਨਾਲ ਰੂਬਰੂ ਹੁੰਦੇ ਹਾਂ, ਸਾਨੂੰ ਬਹੁਤ ਖੁਸ਼ੀ ਹੁੰਦੀ ਮੈਨੂੰ ਇਸ ਗੱਲ ਦੀ, ਕਿਉਂਕਿ ਸਾਰਿਆਂ ਦੇ ਸਪੋਰਟ ਦੇ ਨਾਲ ਹੀ ਹੈ ਨਾ ਰਿਜ਼ਲਟ ਸਾਰਿਆਂ ਦੇ ਸਾਹਮਣੇ ਹੈ। ਬਿਲਕੁਲ, ਟੀਮ ਵਰਕ ਕੰਮ ਹੁੰਦਾ ਹੈ ਸਾਰਾ, ਸਾਰੀ ਟੀਮ ਹੋਵੇ ਤਾਂ ਫੇਰ ਹੀ ਕੰਮ, ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਬਿਲਕੁਲ ਜੀ, ਬਿਲਕੁਲ। ਤੇ ਬਸ, ਤੇ ਸਭ ਤੋਂ ਜ਼ਿਆਦਾ ਸਪੋਰਟ ਕਿਹਦੀ ਮਿਲੀ ਥਰੂ ਆਊਟ ਇਹ ਗਾਣੇ ਦੀ ਜਰਨੀ ਦੇ ਵਿੱਚ ਹੈ ਨਾ, ਸ਼ੂਟ ਦੇ ਦੌਰਾਨ ਐਂਡ ਪਰਸਨਲੀ ਵੀ ਕੁਝ ਸਲਾਹ ਲੈਣੀ ਹੋਏ, ਕਿਹਦੇ ਕੋਲ ਸਭ ਤੋਂ ਜ਼ਿਆਦਾ ਸਪੋਰਟ ਮਿਲੀ ਹੈ ਤੁਹਾਨੂੰ ਹਮੇਸ਼ਾ? ਸਪੋਰਟ ਤਾਂ ਚਲੋ ਕਿਸੇ ਵੀ ਕੰਮ ਦੇ ਪਿੱਛੇ ਕਿਸੇ ਦਾ ਹੱਥ ਹੁੰਦਾ ਹੈ, ਮੈਨੂੰ ਸਭ ਤੋਂ ਜ਼ਿਆਦਾ ਸਪੋਰਟ ਮੇਰੇ ਫਾਦਰ ਸਾਹਿਬ ਨੇ ਦਿੱਤੀ ਹੈ, ਮੇਰੇ ਮਦਰ ਹਮੇਸ਼ਾ ਪ੍ਰੇਅਰ ਕਰਦੇ ਆ ਵੀ ਚਲੋ ਇਹਦਾ ਰੁਝਾਨ ਆ, ਉਹ ਵੀ ਬੜੀ ਮੈਨੂੰ ਸਪੋਰਟ ਕਰਦੇ ਸੀਗੇ, ਮੰਮੀ ਵੀ ਮੇਰਾ ਪੁੱਤ, ਮੈਂ ਸੋਚਦੇ ਰਹਿੰਦੇ ਵੀ ਕੋਈ ਇਹਨੂੰ ਹੁਣ ਕੀਰਤਨ ਨਾਲ ਲਾਈਨ 'ਚ ਪਾਵਾਂ, ਉਹ ਚਾਹੁੰਦੇ ਸੀਗੇ ਵੀ ਮੈਂ ਮਤਲਬ ਸਿੰਗਿੰਗ ਕਰਾਂ ਗਾਵਾਂ, ਅਤੇ ਮੇਰੇ ਫਾਦਰ ਸਾਹਿਬ ਚਾਹੁੰਦੇ ਸੀਗੇ ਵੀ ਇਹ ਕੀਰਤਨ ਕਰੇ ਮੇਰੀ ਲਾਈਨ 'ਤੇ ਤੁਰੇ, ਅਤੇ ਮੈਂ ਡਬਲ ਮਾਈਂਡਡ ਹੁੰਦਾ ਮੰਮੀ ਨੂੰ, ਹਮੇਸ਼ਾ ਮੈਂ ਮੰਮੀ ਨਾਲ ਹੀ ਜਿਹੜੀ ਵੀ ਗੱਲ ਕਰਦਾ ਡਿਸਕਸ ਕਰਦਾ ਵਾਂ, ਹਮੇਸ਼ਾ ਮੰਮੀ ਨਾਲ ਕਰਦਾ, ਮੇਰਾ ਕੋਈ ਵੀ ਮੈਸੇਜ ਮੰਮੀ ਦੇ ਥਰੂ ਡੈਡੀ ਤੱਕ ਜਾਣਾ ਹੁੰਦਾ ਵਾ, ਮੈਂ ਪਰਸਨਲੀ ਕਦੀ ਉਹਨਾਂ ਨੂੰ ਸਾਹਮਣੇ ਨਹੀਂ ਮਿਲਿਆ ਡੈਡੀ ਉਹਨਾਂ ਨੂੰ, ਵੀ ਡੈਡੀ ਮੈਂ ਆਹ ਕੰਮ ਕਰਨਾ ਵਾ, ਉਹਨਾਂ ਨੂੰ ਭੇਜਣਾ ਵੀ ਮੰਮੀ ਉਹਨਾਂ ਨੂੰ ਕਹੋ ਵੀ ਮੈਂ ਗਾਉਣਾ ਵਾ, ਮੈਨੂੰ ਸ਼ੌਂਕ ਹੈ ਗਾਉਣ ਦਾ, ਵੀ ਮੈਂ ਉੱਥੋਂ ਤੱਕ ਬਸ ਮੈਂ ਇੰਡਸਟਰੀ ਦੇ ਵਿੱਚ ਪੈਰ ਰੱਖਣਾ ਚਾਹੁੰਦਾ ਵਾਂ, ਅਤੇ ਉਹ ਹਮੇਸ਼ਾ ਮੰਮੀ ਨੂੰ ਵੀ ਕਹਿੰਦੇ ਰਹਿੰਦੇ ਵੀ ਇਹ ਮੇਰੇ ਨਾਲ ਕਿਉਂ ਨਹੀਂ ਗੱਲ ਕਰਦਾ, ਇਹਨੂੰ ਇਹ ਮਤਲਬ ਇਹ ਵੋਟੀ ਹੈ ਕੋਈ ਸੰਗਦਾ ਹੈ ਜਾਂ ਕਿੱਦਾਂ, ਮਤਲਬ ਮਜ਼ਾਕ ਨਾਲ ਕਈ ਵਾਰੀ ਕਹਿੰਦੇ ਸੀ, ਅਤੇ ਹਮੇਸ਼ਾ ਮੇਰੇ ਮੰਮੀ ਜ਼ਿਆਦਾ ਸਪੋਰਟ ਕਰਦੇ ਰਹੇ ਪਰਸਨਲੀ ਮੈਨੂੰ, ਤੇ ਲੱਗਦਾ ਮਤਲਬ ਤੁਸੀਂ ਮੰਮੀਜ਼ ਬੋਏ ਹੋ ਫਿਰ, ਇਹਦਾ ਮਤਲਬ ਹੈ ਨਾ? ਜੀ ਜੀ ਜੀ, ਬਿਲਕੁਲ ਜੀ, ਬਹੁਤ ਵਧੀਆ ਜੀ, ਮਦਰਸ ਦੀ ਬਲੇਸਿੰਗ ਦੇ ਨਾਲ ਹੀ ਹੈ ਨਾ ਸਾਰਾ ਕੁਝ ਪੋਸੀਬਲ ਹੋ ਪਾਉਂਦਾ। ਮੈਂ ਦਵਾਵਾਂ ਸਦਕੇ ਇੱਥੇ ਅੱਜ ਬੈਠਾ ਤੁਹਾਡੇ ਸਾਹਮਣੇ, ਬਿਲਕੁਲ ਜੀ, ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਸੱਚੇ ਪਾਤਸ਼ਾਹ ਉਹਨਾਂ ਨੂੰ। ਤੇ ਮੈਨੂੰ ਲੱਗਦਾ ਹੁਣ ਸੀਰੀਅਸ ਗੱਲਾਂ ਤਾਂ ਬਹੁਤ ਹੋ ਗਿਆ ਜੀ, ਤੇ ਹੁਣ ਇੱਕ ਛੋਟਾ ਜਿਹਾ ਰੈਪਿਡ ਫਾਇਰ ਰਾਊਂਡ ਖੇਲਦੇ ਆ, ਮੈਂ ਤੁਹਾਨੂੰ ਪੁੱਛਾਂਗੀ ਵਨ ਲਾਈਨਰ ਕੁਐਸਚਨ, ਤਾਂ ਤੁਸੀਂ ਮੈਨੂੰ ਇੱਕ ਵਰਡ ਦੇ ਵਿੱਚ ਉਹਨਾਂ ਦੇ ਆਨਸਰਸ ਦੇਣੇ ਆ, ਤਿਆਰ ਹੋ ਜੀ? ਜੀ, ਤੇ ਦੇਖ ਲਓ ਜੀ, ਵਧੀਆ ਵਧੀਆ ਜਵਾਬ ਦੇਣੇ ਆ, ਆਡੀਅੰਸ ਨੂੰ ਆਪਾਂ ਖੁਸ਼ ਕਰਨਾ ਅੱਜ, ਜ਼ਰੂਰ ਜੀ। ਚਲੋ, ਫਸਟ ਕੰਪਾਰਟਮੈਂਟ ਮੈਥ ਦੇ ਵਿੱਚ, ਮੈਂ ਮੈਥ ਦੇ ਵਿੱਚ ਬਹੁਤ ਜ਼ਿਆਦਾ ਵੀਕ ਹਾਂ ਜੀ, ਹੱਦ ਤਾਂ ਮੇਰਾ ਵੀ ਮੈਥ ਟਾਈਟ ਹੈ ਵੈਸੇ, ਮੈਨੂੰ ਬਿਲਕੁਲ ਮੈਥ ਨਹੀਂ ਆਉਂਦਾ ਜੀ, ਮੈਂ ਬਹੁਤ ਜ਼ਿਆਦਾ ਨਕਲ ਮੈਥ ਦੇ ਵਿੱਚ ਮਾਰਦਾ ਤਾਂ ਵੀ ਫੇਲ ਹੋ ਜਾਂਦਾ, ਮੈਥ ਮੈਨੂੰ ਸੁਣ ਕੇ ਮੈਨੂੰ ਬਹੁਤ ਹੋਰ ਕਿੱਦਾਂ ਹੁੰਦਾ ਵਾ। ਤੇ ਸਕੂਲ ਦੇ ਵਿੱਚ ਉਹ ਕਦੀ ਬੰਕ ਮਾਰਿਆ? ਬਹੁਤ ਵਾਰੀ। ਤੇ ਸਭ ਤੋਂ ਪਹਿਲੇ ਕਿੱਥੇ ਗਏ ਸੀ ਬੰਕ ਮਾਰ ਕੇ? ਬੰਕ ਮਾਰ ਕੇ ਬਸ ਇੱਦਾਂ ਹੀ ਫਰੈਂਡਲੀ ਸਰਕਲ, ਇੱਕ ਸ਼ੋਪ ਸਾਡੇ ਬਹੁਤ ਮਸ਼ਹੂਰ ਆ ਜੀ, ਦਾ ਸਵੀਟ ਸ਼ੋਪ, ਜ਼ਿਆਦਾ ਅਸੀਂ ਤਕਰੀਬਨ ਬੰਕ ਮਾਰ ਕੇ ਉੱਥੇ ਹੀ ਜਾਂਦੇ ਹੁੰਦੇ ਹਾਂ ਸਾਰੇ ਫਰੈਂਡ, ਉੱਥੇ ਹੀ ਸਮੋਸੇ ਵਗੈਰਾ ਖਾਣੇ ਉਹਨਾਂ ਬਹਿਣਾ ਵੀਰਾਂ ਨਾਲ ਜੀ, ਬਸ ਵਧੀਆ ਜੀ। ਤੇ ਫਸਟ ਵਹੀਕਲ ਕਿਹੜੀ ਖਰੀਦੀ ਸੀ?
ਵਹੀਕਲ ਦਾ ਪਰਸਨਲੀ ਮੈਨੂੰ ਬਹੁਤ ਸ਼ੌਂਕ ਹੈ ਜੀ, ਗੱਡੀਆਂ ਦਾ ਜੀ ਜੀ ਫਸਟ ਮੇਰੇ ਕੋਲ ਪਰਸਨਲੀ ਗੱਡੀ ਮੇਰੇ ਕੋਲ ਹੈ ਜੀ i20। ਓਕੇ ਜੀ, ਦੈਟਸ ਨਾਈਸ। ਫਸਟ ਲਾਈਵ ਪਰਫਾਰਮੈਂਸ ਕਿੱਥੇ ਦਿੱਤੀ ਸੀ? ਮੇਰੀ ਫਸਟ ਪਰਫਾਰਮੈਂਸ ਹੈਗੀ ਸੀਗੀ ਜੀ ਸ਼੍ਰੀ ਹਰਗੋਬਿੰਦਪੁਰਾ ਜੀ। ਹਾਂਜੀ, ਉੱਥੇ ਮੈਂ ਪਰਫਾਰਮੈਂਸ ਪਹਿਲਾਂ ਉੱਥੇ ਕੀਤਾ ਜੀ। ਜੀ ਫਸਟ ਸੈਲਰੀ ਕਿਤੋਂ ਵੀ ਮਿਲੀ ਹੋਏ ਤੇ ਕਿੰਨੀ ਮਿਲੀ ਸੀ? ਫਸਟ ਸੈਲਰੀ ਉਸ ਟਾਈਮ ਤੇ ਚਲੋ ਹਾਜ਼ਰੀ ਲਾਉਣ ਗਿਆ ਸੀਗਾ ਮੈਂ ਜੀ, ਜਿੱਥੇ ਤੁਹਾਨੂੰ ਦੱਸ ਰਿਹਾ ਵਾਂ ਸ਼੍ਰੀ ਹਰਗੋਬਿੰਦਪੁਰੇ ਜੀ, ਉੱਥੇ ਮੈਂ ਗਿਆ ਸੀਗਾ। ਪ੍ਰੋਗਰਾਮ ਮੇਰੇ ਫੈਮਿਲੀ ਦੇ ਵਿੱਚੋਂ ਕਿਸੇ ਨੇ ਰਖਵਾਇਆ ਸੀਗਾ, ਮੇਰੇ ਖਾਸ ਮਿੱਤਰ ਨੇ ਉਹਨਾਂ ਮੇਰਾ ਪ੍ਰੋਗਰਾਮ ਰਖਾਇਆ ਸੀਗਾ। ਅਤੇ ਉਸ ਟਾਈਮ ਮੈਨੂੰ ਉਹਨਾਂ ਸ਼ਗਨ ਦੇ ਤੌਰ 'ਤੇ 3100 ਰੁਪਇਆ ਕਾਰਡ ਦੇ ਵਿੱਚ ਪਾ ਕੇ ਦਿੱਤਾ ਸੀਗਾ ਜੀ। ਜੀ ਫੇਵਰੇਟ ਬਾਲੀਵੁੱਡ ਐਕਟਰੈਸ ਕਿਹੜੀ ਹੈ? ਮੇਰੇ ਫਿਲਮਾਂ ਦੇ ਵਿੱਚ ਹੈਗੇ ਜੀ ਅਮਨੀਸ਼ਾ ਪਟੇਲ, ਉਹ ਮੈਂ ਮੇਰੇ ਬੜੇ ਵਧੀਆ, ਮੈਨੂੰ ਬਹੁਤ ਵਧੀਆ ਲੱਗਦੇ ਨੇ ਉਹ। ਐਂਡ ਜੇ ਗੱਲ ਕਰੀਏ ਫੇਵਰੇਟ ਐਕਟਰ ਦੇ ਬਾਰੇ? ਫੇਵਰੇਟ ਐਕਟਰ ਸਨੀ ਦਿਓਲ ਜੀ। ਤੇ ਫਸਟ ਗਿਫਟ ਕਿਹੜਾ ਮਿਲਿਆ ਸੀਗਾ? ਗਿਫਟ ਤੇ ਬਹੁਤ ਬੇਅੰਤੀ ਮਿਲੇ ਨੇ, ਬਹੁਤ ਗਿਫਟ ਮਿਲੇ ਨੇ, ਪਰਫਾਰਮੈਂਸ ਦਿੰਦੇ ਆ ਟਾਈਮ ਵੀ ਬਹੁਤ ਮਿਲੇ ਨੇ, ਉਦਾਂ ਫਰੈਂਡਲੀ ਸਰਕਲ ਮੇਰੇ ਬਰਥਡੇ ਵੀ ਮਨਾਉਂਦੇ ਨੇ ਵੀਰ, ਤੇ ਬੜੇ ਗਿਫਟ ਮਿਲਦੇ ਨੇ ਜੀ। ਬਹੁਤ ਵਧੀਆ ਜੀ, ਤੁਸੀਂ ਸਾਰੇ ਹੀ ਆਨਸਰਸ ਬਹੁਤ ਹੀ ਖੂਬਸੂਰਤੀ ਨਾਲ ਦਿੱਤੇ ਹੈ। ਤੇ ਹੁਣ ਜੇ ਗੱਲ ਕਰੀਏ ਤੁਹਾਡੇ ਫਿਊਚਰ ਪਲਾਨਸ ਦੇ ਵਿੱਚ, ਆਉਣ ਵਾਲੇ ਫਿਊਚਰ ਦੇ ਵਿੱਚ ਆਡੀਅੰਸ ਦੇ ਲਈ ਕੀ ਨਵਾਂ ਲੈ ਕੇ ਆ ਰਹੇ ਹੋ? ਮੇਰੀ ਹੁਣ ਕੋਸ਼ਿਸ਼ ਹੈ ਵੀ ਮੈਂ ਬੀਟ ਸੌਂਗ ਲੈ ਕੇ ਆਵਾਂ, ਧਮਾਕੇਦਾਰ ਧਮਾਲਾਂ ਪਾ ਦਾਂ ਆਉਂਦਿਆਂ ਹੀ, ਮਤਲਬ ਬੀਟ ਸੌਂਗ ਤੋਂ ਬਾਅਦ ਹੋਰ ਗੁਰੂ ਸਾਹਿਬ ਕਿਰਪਾ ਕਰਨ, ਵਧੀਆ ਲੋਕਾਂ ਨੂੰ ਅੱਛੇ ਅੱਛੇ ਗਾਣੇ ਪਰਫਾਰਮ ਕਰਾਂ, ਚੰਗੀ ਗਾਇਕੀ ਲੈ ਕੇ ਆਵਾਂ ਜੀ। ਬਸ ਇਹ ਚੀਜ਼ਾਂ ਤੁਹਾਡੇ ਆਉਣ ਵਾਲੇ ਫਿਊਚਰ ਪਲਾਨਸ ਦੇ ਲਈ ਸਾਡੇ ਵੱਲੋਂ ਤੇ ਪੂਰੀ PTC ਦੀ ਟੀਮ ਵੱਲੋਂ ਤੁਹਾਨੂੰ ਗੁੱਡ ਵਿਸ਼ਸ। ਫਸਟ ਲੁੱਕ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ PTC ਨੈਟਵਰਕ ਦਾ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮੇਰਾ ਮਾਣ ਵਧਾਇਆ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ, ਥੈਂਕ ਯੂ।